ਹਾਂਜੀ ਤੁਸੀਂ ਦੇਖ ਰਹੇ ਹੋ ਜੀ ਆਪਣਾ ਅਫਤੂਰ ਇੰਟਰਨੈਸ਼ਨਲ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਕੱਲ ਬਹੁਤ ਸਾਰੇ ਲੋਕਾਂ ਦੇ ਕੋਲ ਇੰਡੀਆ ਦੇ ਵਿੱਚ ਹੀ ਬਹੁਤ ਜ਼ਿਆਦਾ ਪੈਸਾ ਹੈ। ਫਿਰ ਵੀ ਕਈ ਲੋਕ ਸੋਚਦੇ ਹਨ ਕਿ ਬਾਹਰਲੀਆਂ ਕੰਟਰੀਆਂ ਦੇ ਵਿੱਚ ਜਾਇਆ ਜਾਵੇ, ਉੱਥੇ ਜਾ ਕੇ ਜਿਹੜਾ ਆਪਣਾ ਕਰਮਕਾਨ ਬਣਾਇਆ ਜਾਵੇ ਤੇ ਬੱਚਿਆਂ ਨੂੰ ਸੈਟਲ ਕੀਤਾ ਜਾਵੇ। ਇਹਦੇ ਪਿੱਛੇ ਮੇਨ ਕਾਰਨ ਤੁਹਾਡਾ ਕੀ ਹੋ ਸਕਦਾ ਹੈ? ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਿਓ। ਤੁਹਾਡੀ ਆਪਣੀ ਕੀ ਸੋਚ ਹੈ? ਬਾਕੀ ਨਾਰਮਲ ਤੌਰ ਤੇ ਇਹਦੇ ਪਿੱਛੇ ਜਿਹੜਾ ਕਾਰਨ ਇਹ ਹੀ ਹੁੰਦਾ ਹੈ ਕਿ ਹਰ ਬੰਦਾ ਚਾਹੁੰਦਾ ਹੈ ਕਿ ਜਿਹੜੇ ਉਸ ਦੇ ਬੱਚੇ ਹਨ ਆਪ ਬੰਦਾ ਬੇਸ਼ੱਕ ਤੰਗੀ ਦੇ ਵਿੱਚ ਹੋ ਜਾਵੇ ਪਰੰਤੂ ਆਪਣੇ ਬੱਚਿਆਂ ਦੇ ਵਾਸਤੇ ਚਾਹੁੰਦਾ ਹੈ ਕਿ ਜਿਹੜੀਆਂ ਤੰਗੀਆਂ ਤੁਸੀਂ ਆਪ ਝਲੀਆਂ ਹਨ ਗਾਂ ਬੱਚਿਆਂ ਨੂੰ ਉਹ ਤੰਗੀਆਂ ਨਾ ਚੱਲਣੀਆਂ ਪੈਣ ਬੱਚਿਆਂ ਦਾ ਫਿਊਚਰ ਸਹੀ ਹੋਵੇ ਉਹਨਾਂ ਨੂੰ ਸੌਖੇ ਕੰਮ ਮਿਲਣ ਜ਼ਿੰਦਗੀ ਦੇ ਵਿੱਚੋਂ ਲੜਾਈ ਝਗੜਿਆਂ ਤੋਂ ਬਚਣ ਹੁਣ ਇਸ ਕਰਕੇ ਬੰਦਾ ਫਿਕਰਈ ਵਾਰ ਕੀ ਹੁੰਦਾ ਹੈ ਕਿ ਇੱਕ ਵਧੀਆ ਦੇਸ਼ ਲੱਭਦਾ ਹੈ ਜਿੱਥੇ ਜ਼ਿੰਦਗੀ ਸਭ ਤੋਂ ਜ਼ਿਆਦਾ ਸੌਖੀ ਹੋਵੇ ਤੇ ਇਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਹੁਤ ਸਾਰੀਆਂ ਜਿਹੜੀਆਂ ਏਜੰਸੀਆਂ ਹਨ ਉਹ ਐਨਲਾਈਜ਼ ਕਰਦੀਆਂ ਦੇਸ਼ ਦੇਖੇ ਜਾਂਦੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਮੌਾਇਨਾ ਕੀਤਾ ਜਾਂਦਾ ਹੈ ਇਸੀ ਤਰ੍ਹਾਂ ਦਾ ਇੱਕ ਜਿਹੜੀ ਵਰਲਡ ਰਿਪੋਰਟ ਨਵੀਂ ਆਈ ਹੈ 17000 ਲੋਕਾਂ ਦੇ ਉੱਤੇ ਸਰਵੇ ਕੀਤਾ ਗਿਆ ਹੈ। ਇਹਦੇ ਵਿੱਚ 85 ਜਿਹੜੀਆਂ ਟੌਪ ਕਲਾਸ ਕੰਟਰੀਆਂ ਇਹਦੇ ਵਿੱਚ 85 ਕੰਟਰੀਆਂ ਵੈਸੇ ਤਾਂ ਦੁਨੀਆ ਦੇ ਦੇਸ਼ 200 ਦੇ ਕਰੀਬ ਹਨ ਤੇ ਇਹਦੇ ਵਿੱਚ ਸਿਰਫ 85 ਦੇਸ਼ਾਂ ਨੂੰ ਰੱਖਿਆ ਗਿਆ ਹੈ। ਆਪਾਂ ਸਿਰਫ ਦੁਨੀਆ ਦੇ 10 ਜਿਹੜੇ ਵਧੀਆ ਦੇਸ਼ ਹਨ ਜਿਹੜੇ ਇਹਦੇ ਵਿੱਚ ਟੌਪ ਤੇ ਆਏ ਹਨ ਆਪਾਂ ਉਹਨਾਂ ਦੀ ਗੱਲ ਕਰਾਂਗੇ। ਤੁਸੀਂ ਹੁਣ ਖੁਦ ਦੇਖਣਾ ਹੈ ਕਿ ਤੁਸੀਂ ਕਿਹੜੇ ਦੇਸ਼ ਦੇ ਵਿੱਚ ਰਹਿ ਰਹੇ ਹੋ। ਨੰਬਰ 1 ਤੇ ਇਹਨਾਂ ਨੇ ਜੀਣ ਦੇ ਵਾਸਤੇ ਸਭ ਤੋਂ ਵਧੀਆ ਦੇਸ਼ ਜਿਹੜਾ ਵਧੀਆ ਲਾਈਫ ਦੇ ਵਾਸਤੇ ਸਵੀਡਨ ਦੱਸਿਆ ਹੈ ਪੂਰੇ ਵਰਲਡ ਦੇ ਵਿੱਚ। ਨੰਬਰ 2 ਤੇ ਡੈਨਮਾਰਕ ਹੈ ਜੀ। ਨੰਬਰ 3 ਤੇ ਇਹਨਾਂ ਨੇ ਕੈਨੇਡਾ ਨੂੰ ਰੱਖਿਆ ਹੈ। ਤੀਸਰੀ ਨੰਬਰ ਦੇ ਉੱਤੇ। ਨੰਬਰ 4 ਤੇ ਆਉਂਦਾ ਹੈ ਸਵਿਟਜ਼ਰਲੈਂਡ। 5 ਤੇ ਨਾਰਵੇ ਰੱਖਿਆ ਹੈ। ਨੰਬਰ 6 ਜਿਹੜਾ ਇਹਨਾਂ ਨੇ ਫਿਨਲੈਂਡ ਨੂੰ ਦਿੱਤਾ ਹੈ ਇਹ ਵੀ ਯੂਰਪ ਦੇ ਵਿੱਚ ਪੈਂਦਾ ਹੈ। ਨੰਬਰ 7 ਤੇ ਜਰਮਨ। ਨੰਬਰ 8 ਦੇ ਉੱਤੇ ਜਿਹੜਾ ਦੇਸ਼ ਇਹਨਾਂ ਨੇ ਰੱਖਿਆ ਹੈ ਜੀ ਉਸ ਦਾ ਨਾਮ ਹੈ ਨੀਦਰਲੈਂਡ ਜਿਸ ਨੂੰ ਕਈ ਲੋਕ ਹਾਲੈਂਡ ਦੇ ਨਾਮ ਦੇ ਨਾਲ ਵੀ ਜਾਣਦੇ ਨੇ। ਨੰਬਰ 9 ਤੇ ਆਸਟ੍ਰੇਲੀਆ ਨੰਬਰ 9 ਦੇ ਉੱਤੇ ਆਇਆ ਹੈ ਤੇ ਹੁਣ ਜਿਹੜੇ ਜ਼ਿਆਦਾਤਰ ਵੀਰ ਇਟਲੀ ਦੇ ਵਿੱਚ ਰਹਿੰਦੇ ਹਨ ਹੋ ਸਕਦੇ ਹਨ ਕਿ ਉਹ ਅਜੇ ਤੱਕ ਵੀ ਸੋਚਦੇ ਹੋਣਗੇ ਸ਼ਾਇਦ ਨੰਬਰ 10 ਤੇ ਉਹਨਾਂ ਦਾ ਦੇਸ਼ ਆ ਜਾਵੇ ਪਰੰਤੂ ਜਿਹੜਾ ਇਟਲੀ ਦਾ ਇਹਦੇ ਵਿੱਚ ਕੋਈ ਵੀ ਨੰਬਰ ਨਹੀਂ ਰੱਖਿਆ ਉਹਨਾਂ ਨੇ ਨੰਬਰ 10 ਦੇ ਉੱਤੇ ਜਿਹੜਾ ਨਿਊਜ਼ੀਲੈਂਡ ਨੂੰ ਰੱਖਿਆ ਗਿਆ ਹੈ ਬਾਕੀ ਜਿਹੜੇ ਲੋਕ ਇਟਲੀ ਦੇ ਵਿੱਚ ਰਹਿੰਦੇ ਹਨ ਉਹਨਾਂ ਨੂੰ ਪਤਾ ਹੈ ਕਿ ਇਟਲੀ ਵੀ ਕਾਫੀ ਵਧੀਆ ਦੇਸ਼ ਹੈ ਜੇ ਆਪਾਂ ਇਹਦਾ ਕੰਪੈਰੀਜ਼ਨ ਹੋਰਨਾਂ ਦੇਸ਼ਾਂ ਦੇ ਨਾਲ ਕਰਕੇ ਦੇਖੀਏ ਤੇ ਲਾਈਫ ਸਟੈਂਡਰਡ ਵੀ ਇੱਥੇ ਵਧੀਆ ਹੈ ਤਕਰੀਬਨ ਸੈਲਰੀਜ਼ ਵਗੈਰਾ ਠੀਕ ਹਨ ਜਿਵੇਂ ਆਪ ਆਪਣੇ ਦੇਸ਼ ਦੇ ਨਾਲ ਮੁਕਾਬਲਾ ਕਰੀਏ ਤੇ ਜਿਹੜੇ ਦੇਸ਼ ਬਾਕੀ 10 ਦੇਸ਼ ਇਸ ਤੋਂ ਉੱਪਰ ਰੱਖੇ ਗਏ ਨੇ ਇਟਲੀ ਦਾ ਵਿੱਚ ਨੰਬਰ ਨਹੀਂ ਆਇਆ ਤੇ ਉਹਨਾਂ ਦੇਸ਼ਾਂ ਵਿੱਚ ਤੁਸੀਂ ਸੋਚ ਸਕਦੇ ਹੋ ਕਿ ਲਾਈਫ ਸਟੈਂਡਰਡ ਜਿਹੜਾ ਹੈ ਜੀ ਕਿੰਨਾ ਵਧੀਆ ਹੋਵੇਗਾ ਹਾਂਜੀ ਹੁਣ ਗੱਲ ਕਰ ਲਈ ਸਿਹਤ ਤੰਤ। ਸਿਹਤ ਤੰਤ ਪ੍ਰੀ ਕੰਪਲੀਟ ਆਤੋ। ਗਲ ਕਰਨਾਗੇ ਦੇ ਬਾਰੇ ਸਿਹਤ ਤੰਤ ਪਹਿਲਾਂ ਲੋਕ ਕੀ ਕਰਦੇ ਸਨ ਕਿ ਜਿਹੜਾ ਇੱਕ ਸਪੈਸ਼ਲਿਸਟ ਬੰਦਾ ਹੁੰਦਾ ਸੀ ਇਸ ਚੀਜ਼ ਦਾ ਉਹਦੇ ਕੋਲ ਹੀ ਜਾਂਦੇ ਸਨ ਤੇ ਪੈਸੇ ਦੇ ਕੇ ਲੋਕ ਜਿਹੜਾ ਇਸ ਨੂੰ ਫਿਲ ਕਰਵਾਉਂਦੇ ਸਨ ਪਰੰਤੂ ਇਹ ਜਿਹੜੀ 2 ਮਹੀਨੇ ਬੀਤ ਕੇ ਗਈ ਹੈ 2 ਮਹੀਨੋਂ ਜਿਹੜੀ ਏਜੰਸੀਆ ਦਿਲ ਇੰਤਰਾਤੇ ਆ ਜੀ ਨੇ ਇਸ ਨੂੰ ਬਕਾਇਦਾ ਜਿਹੜਾ ਇੰਟਰਨੈਟ ਦੇ ਉੱਤੇ ਉਤਾਰ ਦਿੱਤਾ ਇਸ ਜਿਹੜੀ ਲੈਂਡਿੰਗ ਕਰਵਾ ਦਿੱਤੀ ਗਈ ਹੈ ਦੱਸਿਆ ਗਿਆ ਹੈ ਕਿ ਦੂਏ ਮਾਜੀਓ ਏਜੰਸੀਆ ਦਿਲ ਇੰਤਰਾਤੇ ਆ ਦੀ ਫੂਜ਼ੋ ਸੁਲ ਪ੍ਰੋਪਰੀਓ ਸਿਤੋ ਇੰਟਰਨੈਟ ਇਲਮ ਦੇ ਲੋ ਸੇ 30 ਪ੍ਰੀ ਕੰਪਲੀਆਤੋ ਮੈ ਲੋ ਸੇ 30 ਨੂੰ ਜਿਹੜਾ ਇੰਟਰਨੈਟ ਦੇ ਉੱਤੇ ਉਤਾਰ ਦਿੱਤਾ ਗਿਆ ਹੈ ਇੱਥੇ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਇਹ ਪ੍ਰੀ ਕੰਪਲੀਆਤੋ ਹੈ ਇਹਦੇ ਵਿੱਚ ਤੁਸੀਂ ਜਿਹੜੇ ਕੁਝ ਆਪਣੇ ਜਿਹੜੇ ਪੈਰਾਮੀਟਰ ਹਨ ਜਿਹੜੇ ਨਵੇਂ ਤੁਹਾਡਾ ਜਿਹੜਾ ਡਾਟਾ ਹੈ ਜੀ ਉਹ ਇਸ ਦੇ ਵਿੱਚ ਇਨਸਰਟ ਕਰਨਾ ਹੈ ਵੈਸੇ ਜਿਦਾ ਅੱਜ 12 ਮਈ ਹੋ ਚੁੱਕੀ ਹੈ ਤੇ ਜਿਹੜਾ ਕੱਲ ਤੋਂ ਇਸ ਦੀ ਜਿਹੜੀ ਓਪਨਿੰਗ ਕਰ ਦਿੱਤੀ ਗਈ ਹੈ ਕੱਲ ਤੋਂ ਇਟਲੀ ਦੇ ਵਿੱਚ ਇਹ ਸਟਾਰਟ ਹੋ ਚੁੱਕਾ ਹੈ ਹੁਣ ਇਹਦੇ ਵਿੱਚ ਜਦੋਂ ਕੋਈ ਵੀ ਡਾਕੂਮੈਂਟ ਤੁਸੀਂ ਅਨਵੀਊ ਕਰਨੇ ਹਨ ਪਹਿਲਾਂ ਤੁਸੀਂ ਉਹਨੂੰ ਇੱਕ ਵਾਰ ਚੈੱਕ ਕਰ ਲੈਣਾ ਹੈ ਜਾਂ ਮੋਡੀਫਾਈ ਕਰੇ ਜੋ ਕੋਈ ਕਰਨਾ ਹੈ ਕੁਝ ਤਾਂ ਕਰ ਸਕਦੇ ਹੋ ਬਾਕੀ ਜਿਹੜੀ ਇਹਦੀ ਲਾਸਟ ਥ੍ਰੀ ਹੈ ਜੀ ਦੋ ਤਰੀਕੇ ਆ ਇਹਦੀਆਂ ਲਾਸਟ ਜੇ ਤੁਸੀਂ ਵੀਆ ਟੈਲੀਮੈਟਿਕਾ ਕਰਨਾ ਹੈ ਜੀ ਇਹਦੇ ਵਾਸਤੇ 2 ਅਕਤੂਬਰ ਹੈ ਲਾਸਟ ਡੇਟ ਇਸ ਨੂੰ ਭੇਜਣ ਦੀ 2 ਅਕਤੂਬਰ ਇਹ ਕਾਫੀ ਇਸ ਦੇ ਵਿੱਚ ਸਮਾਂ ਹੈ ਵੀਆ ਟੈਲੀਮੈਟਿਕਾ ਜੇ ਤੁਸੀਂ ਇਸ ਨੂੰ ਕਰਨਾ ਹੈ ਜੀ ਜਿੱਦਾਂ ਕਿ ਕੈਫ ਜਾਂ ਜਿਹੜੇ ਪ੍ਰੋਫੈਸਿਓਨੀਸਤਾ ਹੁੰਦੇ ਹਨ ਅਬਲੀ ਤਾਤੋ ਉਸ ਇੰਸਟੀਟੂਟੋ ਦੀ ਇੰਪੋਸਤਾ ਉਹਨਾਂ ਦੇ ਥਰੂ ਅਗਰ ਕਰਨਾ ਹੈ ਤਾਂ ਉਹਨਾਂ ਦੇ ਵਾਸਤੇ ਟਾਈਮ ਪੀਰੀਅਡ ਰੱਖਿਆ ਹੈ ਇਹਨਾਂ ਲਾਸਟ ਜਿਹੜੀ 30 ਸਤੰਬਰ ਮਤਲਬ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਕਿ ਦੋ ਤਰੀਕੇ ਆ ਇਹਦੇ ਵਾਸਤੇ ਨਿਰਧਾਰਿਤ ਕਰ ਦਿੱਤੀਆਂ ਗਈਆਂ ਹਨ ਇੱਕ ਤਰੀਕੇ 30 ਸਤੰਬਰ ਜਿਨ੍ਹਾਂ ਲੋਕਾਂ ਨੇ ਕਾਫ ਵਾਲਿਆਂ ਦੇ ਕੋਲ ਜਾਂ ਕਿਸੇ ਦੇ ਕੋਲੋਂ ਜਾ ਕੇ ਫਿਲ ਕਰਾਉਣਾ ਹੈ ਦੂਜੇ ਪਾਸੇ ਜੇ ਤੁਸੀਂ ਆਪ ਕੰਮ ਕਰਨਾ ਇੰਟਰਨੈਟ ਦੇ ਉੱਤੇ ਤੇ ਇਹਦੇ ਵਾਸਤੇ 2 ਅਕਤੂਬਰ ਦੀ ਡੇਟ ਲਾਸਟ ਰੱਖੀ ਹੈ ਬਾਕੀ ਹੁਣ ਤੁਸੀਂ ਕਾਪੀ ਪੈਨ ਲੈ ਕੇ ਉਹਦੇ ਉੱਤੇ ਨੋਟ ਕਰ ਸਕਦੇ ਹੋ ਜਿੱਦਾਂ ਦੱਸਿਆ ਗਿਆ ਹੈ ਕਿ ਕਮੇਸਕਾਰੀਕਾਰੀ ਲਾਪਰੀ ਕੰਪਿਲ ਲਾਤਾ ਇਸ ਮਾਡਲ ਨੂੰ ਸਿੱਧੇ ਤਰ੍ਹਾਂ ਤੁਹਾਨੂੰ ਜਿਹੜਾ ਤੁਸੀਂ ਇਸ ਕਾਰੀਕਾ ਕਿਵੇਂ ਕਰਨਾ ਹੈ ਤੁਸੀਂ ਇੰਟਰਨੈਟ ਦੇ ਉੱਪਰ ਜੇ ਕਰਨਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਜਿਹੜੀ ਇੰਟਰਨੈਟ ਦੀ ਸਾਈਟ ਹੈ ਜੀ ਏਜੰਸੀਆ ਦਲੰਤਰਾਤੇ ਦੀ ਉਹਦੇ ਵਿੱਚ ਲਿਖਣਾ ਹੈ www. agenciaentrante.gov.it ਇਹਦੇ ਵਾਸਤੇ ਤੁਸੀਂ ਤਿੰਨ ਚੀਜ਼ਾਂ ਜਿਹੜੀਆਂ ਤਿਆਰ ਰੱਖਣੀਆਂ ਹਨ ਆਪਣੇ ਕੋਲ ਤਿੰਨ ਚੀਜ਼ਾਂ ਇਹ ਤਿੰਨ ਚੀਜ਼ਾਂ ਕਿਹੜੀਆਂ ਹਨ ਇੱਕ ਤੁਹਾਡਾ ਹੈ ਜੀ ਸਪੀਡ ਦੂਸਰਾ ਹੈ ਕਾਰਤਾ ਦੀ ਆਧੈਂਤਤਾ ਇਲੈਕਟ੍ਰੋਨਿਕਾ ਜਾਂ ਫਿਰ ਕਾਰਤਾ ਨੈਸ਼ਨਲ ID ਸਰਵਿਸ ਜੀ ਨੂੰ ਪਾਸ ਸੀਐਨਐਸ ਕਹਿੰਿਆ ਜਿਹੜਾ ਕਾਰਤਾ ਦੀ ਆਧੈਂਤਤਾ ਇਲੈਕਟ੍ਰੋਨਿਕਾ ਹੁੰਦੇ ਇਸ ਨੂੰ ਆਪਾਂ ਸੀਆਈਈ ਕਹਿੰਦੇ ਹਾਂ ਇਹ ਤਿੰਨ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਦੇ ਵਿੱਚੋਂ ਕੋਈ ਇੱਕ ਚੀਜ਼ ਦੀ ਤੁਸੀਂ ਵਰਤੋਂ ਕਰ ਸਕਦੇ ਹੋ ਇਸ ਵੈਬਸਾਈਟ ਦੇ ਵਿੱਚ ਐਂਟਰੀ ਕਰਨ ਦੇ ਵਾਸਤੇ ਹੁਣ ਚੱਲਦੇ ਹਾਂ ਜੀ ਨੈਕਸਟ ਖਬਰ ਦੇ ਉੱਤੇ ਨੈਕਸਟ ਖਬਰ ਤੁਹਾਨੂੰ ਦੱਸਦੀ ਹੈ ਕਿ ਯੂਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਸੀਬੀਪੀ ਜਿਹੜੇ ਅੰਕੜੇ ਹਨ ਉਹਨਾਂ ਨੇ ਦੱਸਿਆ ਹੈ ਕਿ 2021-22 ਦੇ ਵਿੱਚ ਇੱਕ ਸਾਲ ਦੇ ਵਿੱਚ ਉਥੇ ਇੱਕ ਟਾਈਟਲ ਚੱਲਦਾ ਜੀ ਟਾਈਟਲ ਕਵਰਾਂਤ ਦੂਏ ਮਤਲਬ ਟਾਈਟਲ 42 ਇੱਕ ਨੀਤੀ ਦਾ ਨਾਮ ਹੈ ਜਿਸ ਦੇ ਤਿੰਨ ਅਮਰੀਕਾ ਦੇ ਵਿੱਚੋਂ 20 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਜਿਹੜਾ ਉੱਥੋਂ ਬਾਹਰ ਕੱਢਿਆ ਗਿਆ ਸੀ ਹੁਣ ਇਹ ਟਾਈਟਲ 42 ਜਿਹੜਾ ਹੈ ਜੀ ਇਹ ਇੱਕ ਤਰ੍ਹਾਂ ਦਾ ਬਹੁਤ ਇਹਨਾਂ ਦਾ ਪੁਰਾਣਾ ਇੱਕ ਆਰਟੀਕਲ ਹੈ ਇੱਕ ਕਾਨੂੰਨ ਹੈ ਜਿਹੜਾ ਕਿ 1944 ਦੇ ਵਿੱਚ ਬਣਿਆ ਸੀ ਜਿਸ ਨੂੰ ਆਪਾਂ ਪਬਲਿਕ ਹੈਲਥ ਐਕਟ ਵੀ ਕਹਿ ਸਕਦੇ ਹਾਂ ਇਹਦੇ ਨਾਲ ਜਿਹੜੀ ਅਮਰੀਕਾ ਦੀ ਸਰਕਾਰ ਹੈ ਜੀ ਉਹਨੂੰ ਇੱਕ ਬਿਮਾਰੀ ਨੂੰ ਰੋਕਣ ਦੇ ਵਾਸਤੇ ਖਾਸ ਤਰ੍ਹਾਂ ਦੇ ਅਧਿਕਾਰ ਮਿਲਦੇ ਹਨ ਜਿਹਦੇ ਨਾਲ ਉਹ ਲੋਕਾਂ ਨੂੰ ਦੇਖਦੇ ਵਿੱਚੋਂ ਬਾਹਰ ਕੱਢ ਸਕਦੀ ਹੈ ਡੋਨਾਲਡ ਟਰੰਪ ਨੇ ਇਸ ਨਿਯਮ ਨੂੰ ਜਿਹੜਾ 2020 ਦੇ ਵਿੱਚ ਲਾਗੂ ਕਰ ਦਿੱਤਾ ਸੀ ਅਮਰੀਕਾ ਦੇ ਵਿੱਚ ਜਦੋਂ 2021 ਦੇ ਵਿੱਚ ਜੋ ਬਾਈਡਨ ਦੀ ਸਰਕਾਰ ਆਉਂਦੀ ਤਾਂ ਉਹਨਾਂ ਨੇ ਵੀ ਜਿਹੜਾ ਇਸ ਕਾਨੂੰਨ ਨੂੰ ਨਹੀਂ ਬਦਲਿਆ ਤੇ ਅਜੇ ਤੱਕ ਵੀ ਜਿਹੜਾ ਇਹ ਕਾਨੂੰਨ ਉੱਥੇ ਚੱਲ ਰਿਹਾ ਸੀ ਕੱਲ ਜਿਹੜਾ ਇਹ ਕਾਨੂੰਨ ਹੈ ਜੀ ਖਤਮ ਹੋ ਚੁੱਕਾ ਹੈ ਇਸ ਦੇ ਨਾਲ ਹੁਣ ਆਮ ਬੰਦੇ ਦੇ ਉੱਤੇ ਕੀ ਅਸਰ ਪਵੇਗਾ ਹੁਣ ਇਹਦੇ ਨਾਲ ਇਹ ਹੋਏਗਾ ਕਿ ਜਿੱਦਾਂ ਕੀ ਅਮਰੀਕਾ ਤੇ ਮੈਕਸੀਕੋ ਦਾ ਜਿਹੜਾ ਬਾਰਡਰ ਹੈ ਜੀ ਲੋਕਾਂ ਨੂੰ ਹੁਣ ਪਤਾ ਹੈ ਇਸਦੇ ਬਾਰੇ ਬਹੁਤ ਕਿਉਂਕਿ ਇੰਡੀਅਨ ਵੀ ਇਸ ਬਾਰਡਰ ਦੇ ਥਰੂ ਅਮਰੀਕਾ ਦੇ ਵਿੱਚ ਐਂਟਰੀ ਲੈਂਦੇ ਸਨ ਇਸ ਜਗ੍ਹਾ ਨੂੰ ਪਾਰ ਕੀਤਾ ਜਾਂਦਾ ਸੀ ਹੁਣ ਉਹ ਲੋਕਾਂ ਦੇ ਵਾਸਤੇ ਖੁਸ਼ਖਬਰੀ ਆਪਾਂ ਇਸ ਨੂੰ ਕਹਿ ਸਕਦੇ ਹਾਂ ਕਿ ਜਿਹੜਾ ਟਾਈਟਲ 42 ਇਸ ਨੂੰ ਹਟਾਇਆ ਤਾ ਗਿਆ ਹੈ ਇਸ ਦੀ وجہ ਦੇ ਨਾਲ ਅਮਰੀਕਾ ਦੇ ਵਿੱਚ ਐਂਟਰੀ ਕਰਨੀ ਮੈਕਸੀਕੋ ਵਾਲੇ ਬਾਰਡਰ ਤੋਂ ਹੁਣ ਸੌਖੀ ਹੋ ਜਾਵੇਗੀ ਜਿਨ੍ਹਾਂ ਲੋਕਾਂ ਨੇ ਪੋਲੀਟੀਕਲ ਸਟੇ ਲੈਣੀ ਹੈ ਅਮਰੀਕਾ ਦੇ ਵਿੱਚ ਉਹਨਾਂ ਦੇ ਵਾਸਤੇ ਵੀ ਹੁਣ ਸੌਖਾ ਹੋ ਜਾਵੇਗਾ ਕੰਮ ਮਤਲਬ ਕਿ ਪ੍ਰਵਾਸੀ ਲੋਕਾਂ ਦੇ ਵਾਸਤੇ ਜਿਹੜਾ ਰਾਹ ਅਮਰੀਕਾ ਦੇ ਵਿੱਚ ਐਂਟਰ ਕਰਨ ਦਾ ਰਸਤਾ ਜਿਹੜਾ ਪਧਰਾ ਹੋ ਚੁੱਕਾ ਹੈ ਉਹਦੇ ਵਿੱਚ ਇੱਕ ਤਰ੍ਹਾਂ ਦੀ ਜਿਹੜੀ ਇਹ ਰੁਕਾਵਟ ਆਰਟੀਕਲ 42 ਜਿਹੜਾ ਸੀ ਜਿਸ ਨੂੰ ਆਪਾਂ ਟਾਈਟਲ 42 ਵੀ ਕਹਿੰਦੇ ਹਾਂ ਇੱਕ ਤਰ੍ਹਾਂ ਦਾ ਇਹ ਉਸਦੇ ਰਾਹ ਦੇ ਵਿੱਚ ਰੋੜਾ ਬਣਿਆ ਹੋਇਆ ਸੀ ਗੱਲ ਕਰ ਲਈ ਕੈਨੇਡਾ ਦੀ ਇਟਲੀ ਦੇ ਵਿੱਚ ਵੀ ਬਹੁਤ ਸਾਰੇ ਸਾਡੇ ਵੀਰ ਭੈਣਾਂ ਹਨ ਜਿਹੜੇ ਕੀ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਹਨ ਜਾਂ ਇੱਕ ਵਾਰ ਜਾ ਕੇ ਉੱਥੇ ਦੇਖਣਾ ਚਾਹੁੰਦੇ ਹਨ ਜੇ ਤਾਂ ਤੁਸੀਂ ਇੱਥੋਂ ਦੀ ਚੀਤਾ ਦੀ ਨਾਂਸਾ ਲੈ ਲਈਏ ਫਿਰ ਤਾਂ ਬੜਾ ਸੌਖਾ ਹੋ ਜਾਂਦਾ ਹੈ ਉੱਥੇ ਜਾਣਾ ਅਗਰ ਚੀਤਾ ਦੀ ਨਾਂਸਾ ਨਹੀਂ ਲਈ ਜਾਂ ਤੁਸੀਂ ਇੰਡੀਆ ਦੇ ਵਿੱਚ ਰਹਿੰਦੇ ਹੋ ਜਾਂ ਕਿਸੇ ਵੀ ਯੂਰਪੀ ਦੇਸ਼ ਦੇ ਵਿੱਚ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਿਹੜਾ ਕੈਨੇਡਾ ਹੈ ਜੀ ਲੋਕਾਂ ਨੂੰ ਟੂਰਿਸਟ ਵੀਜ਼ਾ ਅੱਜਕੱਲ ਕਾਫੀ ਦੇਣ ਦੀ ਪੇਸ਼ਕਸ਼ ਕਰ ਰਿਹਾ ਹੈ ਤੁਸੀਂ ਕੈਨੇਡਾ ਦਾ 10 ਸਾਲ ਦਾ ਜਿਹੜਾ ਵੀਜ਼ਾ ਹੈ ਜੀ ਮਲਟੀਪਲ ਟੂਰਿਸਟ ਵੀਜ਼ਾ ਇਹ ਲੈ ਸਕਦੇ ਹੋ ਇਹ ਤੁਸੀਂ ਇਕੱਲੇ ਵੀ ਇਸ ਦੇ ਵਾਸਤੇ ਅਪਲਾਈ ਕਰ ਸਕਦੇ ਹੋ ਪਰਿਵਾਰ ਸਮੇਤ ਵੀ ਕਰ ਸਕਦੇ ਹੋ ਜਾਂ ਕੋਈ ਦੋਸਤ ਤੁਹਾਡਾ ਹੈ ਉਸ ਦੇ ਨਾਲ ਤੁਸੀਂ ਇਕੱਠੇ ਵੀ ਇਸ ਨੂੰ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ ਦੋ ਦੇਸ਼ ਆਉਂਦਿਆਂ ਨੇ ਇੱਕ ਕੈਨੇਡਾ ਹੈ ਤੇ ਦੂਸਰਾ ਆਸਟ੍ਰੇਲੀਆ ਆਪਾਂ ਜਿਸ ਦੀ ਗੱਲ ਕਰ ਰਹੇ ਹਾਂ ਕੈਨੇਡਾ ਦੀ ਆਪਾਂ ਮੇਨ ਜਿਹੜੀ ਗੱਲ ਕਰ ਰਹੇ ਹਾਂ ਇਹਦੇ ਨਾਲ ਨਾ ਤਾਂ ਤੁਹਾਨੂੰ ਕੋਈ ਪੜ੍ਹਾਈ ਦੀ ਲੋੜ ਹੈ ਨਾ ਹੀ ਆਈਲੈਂਡਸ ਕਰਨ ਦੀ ਕੋਈ ਲੋੜ ਹੈ ਤੁਹਾਨੂੰ ਕੋਈ ਵੀ ਜਿਹੜਾ ਸਪான்ਸਰ ਨਹੀਂ ਚਾਹੀਦਾ ਜੇ ਸਪான்ਸਰ ਹੋਵੇ ਤਦ ਵੀ ਵਧੀਆ ਗੱਲ ਹੈ ਅਗਰ ਨਹੀਂ ਹੈ ਤਦ ਵੀ ਕੋਈ ਚੱਕਰ ਨਹੀਂ ਹੈ ਬਾਕੀ ਕੈਨੇਡਾ ਸਰਕਾਰ ਨੇ ਜਿਹੜੀ ਘੋਸ਼ਣਾ ਕੀਤੀ ਹੈ ਕਿ ਜਿਹੜੇ ਲੋਕ ਇੱਥੇ ਟੂਰਿਸਟ ਵੀਜ਼ੇ ਤੇ ਜਾਂ ਵਿਜ਼ਟਰ ਵੀਜ਼ੇ ਤੇ ਕੈਨੇਡਾ ਦੇ ਵਿੱਚ ਆਉਂਦੇ ਹਨ ਉਹ ਜਿਹੜਾ ਆਪਣਾ ਵੀਜ਼ਾ ਹੈ ਜੀ ਵਰਕ ਪਰਮਿਟ ਦੇ ਵਿੱਚ ਤਬਦੀਲ ਕਰਾ ਸਕਦੇ ਹਨ ਬਾਕੀ ਤੁਸੀਂ ਜ਼ਿਆਦਾ ਜਾਣਕਾਰੀ ਲੈਣ ਦੇ ਵਾਸਤੇ ਜਿਹੜੀ ਕੈਨੇਡਾ ਦੀ ਅੰਬੈਸੀ ਹੈ ਜ ਉਹਨਾਂ ਦੇ ਨਾਲ ਵੀ ਕੰਟੈਕਟ ਕਰ ਸਕਦੇ ਸਾਰੀ ਜਾਣਕਾਰੀ ਉਹਨਾਂ ਦੇ ਕੋਲੋਂ ਵੀ ਲੈ ਸਕਦੇ ਹੋ ਇਹਨਾਂ ਦੀ ਜਿਹੜੀਆਂ ਵੈਬਸਾਈਟ ਹੁੰਦੀਆਂ ਨੇ ਉੱਥੇ ਜਾ ਕੇ ਤੁਸੀਂ ਜਾਣਕਾਰੀ ਪੂਰੀ ਲੈ ਸਕਦੇ ਹੋ ਜਾਂ ਜਿਨ੍ਹਾਂ ਪਰਿਵਾਰਾਂ ਦੇ ਜਿਹੜੇ ਬੱਚੇ ਕੈਨੇਡਾ ਦੇ ਵਿੱਚ ਸਟੱਡੀ ਕਰ ਰਹੇ ਨੇ ਉਹ ਵੀ ਜਿਹੜਾ ਇਹ ਵੀਜ਼ਾ ਲੈ ਸਕਦੇ ਹਨ ਬਾਕੀ ਦੇ ਵਾਸਤੇ ਡਾਕੂਮੈਂਟ ਵਗੈਰਾ ਦੀ ਲੋਡ ਪੈਂਦੀ ਹੈ ਬਾਕੀ ਇਹ ਗੱਲ ਨਹੀਂ ਹੈ ਕਿ 100% ਵੀਜ਼ਾ ਮਿਲੇਗਾ ਜਿਹੜੀ ਸਰਕਾਰ ਹੁੰਦੀ ਹੈ ਜਿਹੜੀਆਂ ਏਜੰਸੀਆਂ ਦੀਨ ਆਪਣੇ ਹਿਸਾਬ ਦੇ ਨਾਲ ਉਹ ਜਿਹੜੀ ਵੈਰੀਫਿਕੇਸ਼ਨ ਕਰਦੀਆਂ ਹਨ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ